ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦਾ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ। ਅਤੇ ਕਾਫ਼ੀ ਦਿਨਾਂ ਬਾਅਦ ਮਤਲਬ ਐਂ ਕੈਮਰਾ ਚੱਕ ਕੇ ਵੀਡੀਓ ਬਣਾ ਰਿਹਾ, ਅਤੇ ਵੀਡੀਓ 'ਚ ਮੈਂ ਤੁਹਾਨੂੰ ਇਹੀ ਦੱਸਣਾ ਵੀ ਮੈਂ ਵੀਡੀਓਜ਼ ਕਿਉਂ ਨਹੀਂ ਬਣਾ ਰਿਹਾ ਸੀਗਾ। ਅਤੇ ਆਈ ਹੋਪ ਤੁਸੀਂ ਮੈਨੂੰ ਮਿਸ ਕੀਤਾ ਹੋਊਗਾ, ਠੀਕ ਹੈ ਜੀ। ਅਤੇ ਦੋ ਚਾਰ ਨੇ ਤਾਂ ਕੀਤਾ ਹੋਣਾ ਯਾਰ, ਠੀਕ ਹੈ। ਇੰਨਾ ਕੁ ਵੀ ਮਤਲਬ ਵੀ ਉਹ ਨਹੀਂ ਹੈਗਾ, ਇੰਪੈਕਟ ਨਹੀਂ ਹੈਗਾ ਘੱਟ ਮੇਰਾ, ਇੰਨੇ ਕੁ ਤਾਂ ਮਤਲਬ ਵੀ ਭਰਾ ਹੈਗੇ ਨੇ ਮੇਰੇ ਜਿਨ੍ਹਾਂ ਨੇ ਮਿਸ ਕੀਤਾ ਹੋਣਾ। ਤਾਂ ਪਹਿਲਾਂ ਮੈਂ ਗੋਆ ਗਿਆ ਹੋਇਆ ਸੀਗਾ, ਠੀਕ ਹੈ ਜੀ। ਅਤੇ ਗੋਆ ਵਾਸਤੇ ਤਾਂ ਮੈਂ ਵੀਡੀਓਜ਼ ਬਣਾ ਕੇ ਗਿਆ ਸੀਗਾ, ਅਤੇ ਵਿੱਚ ਵਿੱਚ ਅਪਲੋਡ ਕਰੀ ਜਾ ਰਿਹਾ ਸੀਗਾ ਉੱਥੇ। ਅਤੇ ਉਹ ਤੋਂ ਬਾਅਦ ਆ ਕੇ ਮਤਲਬ ਵੀ ਮੈਨੂੰ ਇੱਕਦਮ ਫੀਵਰ ਹੋ ਗਿਆ, ਅਤੇ ਫੀਵਰ ਥੋੜ੍ਹਾ ਜਿਹਾ ਜ਼ਿਆਦਾ ਹੋ ਗਿਆ ਸੀਗਾ, 103 ਤੱਕ ਹੋ ਗਿਆ ਸੀਗਾ। ਅਤੇ ਉਹ ਤੋਂ ਬਾਅਦ ਮਤਲਬ ਵੀ ਫੀਵਰ ਵਗੈਰਾ ਠੀਕ ਹੋਇਆ, ਅਤੇ ਕੋਲਡ ਵਗੈਰਾ ਹੁਣ ਵੀ ਹੈਗਾ, ਗਲਾ ਹੁਣ ਵੀ ਖਰਾਬ ਆ। ਤਾਂ ਵੀਡੀਓਜ਼ ਮੈਂ ਤਾਂ ਨਹੀਂ ਬਣਾ ਰਿਹਾ ਕਿਉਂਕਿ ਥੋੜ੍ਹੀ ਨਾ ਹਲੇ ਹੈਲਥ ਠੀਕ ਨਹੀਂ ਹੈਗੀ, ਮਤਲਬ ਵੀ ਲੰਬਾ ਟਾਈਮ ਮੈਨੂੰ ਤਾਂ ਬੋਲਿਆ ਨਹੀਂ ਜਾਂਦਾ ਹੈਗਾ, ਅਤੇ ਗਲਾ ਦੁਖਣ ਲੱਗ ਜਾਂਦਾ। ਲਾਈਕ ਜੇ ਮੈਂ ਹੁਣ ਵੀ 3-4 ਮਿੰਟ ਤੋਂ ਜ਼ਿਆਦਾ ਬਣਾਵਾਂ ਵੀਡੀਓ, 3-4 ਮਿੰਟ ਲਗਾਤਾਰ ਬੋਲਾਂ, ਤਾਂ ਗਲਾ ਦੁਖਣ ਲੱਗ ਜੂਗਾ, ਖੰਘ ਆਉਣ ਲੱਗ ਜੂਗੀ, ਅਤੇ ਥੋੜ੍ਹੀ ਹੈਲਥ ਹੋਰ ਖਰਾਬ ਹੋ ਜੂਗੀ। ਤਾਂ ਉਹੀ ਸੀਗਾ ਵੀ ਹੈਲਥ ਇਸ਼ੂਜ਼ ਕਰਕੇ ਥੋੜ੍ਹੇ ਦਿਨ ਮਤਲਬ ਵੀਡੀਓਜ਼ ਆਪਾਂ ਨਹੀਂ ਬਣਾ ਰਹੇ। ਮੈਨੂੰ ਵੀ ਥੋੜ੍ਹਾ ਔਡ ਜਿਹਾ ਲੱਗਦਾ ਯਾਰ, ਮੇਰੀ ਨਾ ਸਾਰੀ ਰੂਟੀਨ ਖਰਾਬ ਹੋ ਗਈ। ਲਾਈਕ ਵਰਕਆਊਟ ਵੀ ਨਹੀਂ ਵਧੀਆ ਹੋ ਰਿਹਾ, ਡਾਇਟ ਵੀ ਨਹੀਂ ਵਧੀਆ ਚੱਲ ਰਹੀ, ਵੀਡੀਓਜ਼ ਵਗੈਰਾ ਵੀ ਨਹੀਂ ਹੋ ਰਹੀਆਂ, ਅਤੇ ਵੈਸੇ ਵੀ ਹੋਰ ਚੀਜ਼ਾਂ ਜੋ ਕਰਨੀਆਂ ਚਾਹੁੰਦਾ ਸੀਗਾ ਮੈਂ, ਮਤਲਬ ਵੀ ਜਾਂ ਥੋੜ੍ਹਾ ਆਪਾਂ ਬਾਹਰ ਗਏ ਹੁੰਦੇ ਹਾਂ ਨਾ, ਆਪਾਂ ਨੂੰ ਆਏ ਹੁੰਦਾ ਯਾਰ ਵੀ ਇੱਕ ਵਾਰ ਬਸ ਵਾਪਸ ਚੱਲਣ ਦਿਉ, ਗਾਹ ਪਾ ਦੂੰਗਾ, ਸਭ ਕੁਛ ਇੱਕ ਮਹੀਨੇ 'ਚ ਕਰ ਦੂੰਗਾ, ਹੋਰ ਕਰ ਦੂੰਗਾ। ਤਾਂ ਉਹ ਚੀਜ਼ ਥੋੜ੍ਹੀ ਰੂਟੀਨ ਜਿਹਾ ਟੁੱਟਦੀ ਹੈ ਨਾ, ਥੋੜ੍ਹਾ ਮਤਲਬ ਵੀ ਖਰਾਬ ਲੱਗਦਾ। ਤਾਂ ਅਗਲੀ ਵੀਡੀਓ 'ਚ ਤੁਹਾਡੇ ਨਾਲ ਸ਼ੇਅਰ ਕਰੂੰਗਾ ਵੀ ਗੋਆ ਕਿਹੋ ਜਿਹਾ ਸੀਗਾ, ਕੀ ਕੁਛ ਸਿੱਖਣ ਨੂੰ ਮਿਲਿਆ, ਹੋਰ ਚੀਜ਼ਾਂ। ਅਤੇ ਆਉਣਗੀਆਂ ਵੀਡੀਓਜ਼ ਆਉਣਗੀਆਂ, ਯੂਟਿਊਬ ਛੱਡਿਆ ਨਹੀਂ ਹੈਗਾ ਮੈਂ, ਟੈਨਸ਼ਨ ਨਾ ਲਓ। ਅਤੇ ਵੀਡੀਓਜ਼ ਵਗੈਰਾ ਬਣਾਵਾਂਗੇ, ਪਹਿਲਾਂ ਨਾਲੋਂ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ, ਟ੍ਰਾਈਪੋਡ ਸਟੈਂਡ ਲੈ ਕੇ, ਮਾਈਕ ਮੂਇਕ ਲੈ ਕੇ, ਪ੍ਰੋਪਰ ਬੈਠ ਕੇ ਪ੍ਰੋਪਰ ਵੀਡੀਓਜ਼ ਬਣਾਵਾਂਗੇ। ਬਟ ਹਲੇ ਫਿਲਹਾਲ ਮੈਨੂੰ ਲੱਗਦਾ 1-2 ਦਿਨਾਂ ਤੱਕ ਗਲਾ ਠੀਕ ਹੋ ਜੂਗਾ, ਜਿਵੇਂ ਅੱਜ ਵੀ ਹੁਣ ਥੋੜ੍ਹਾ ਠੀਕ ਆ, ਬਟ ਜੇ ਮੈਂ ਥੋੜ੍ਹਾ ਹੋਰ ਬੋਲਾਂ, ਥੋੜ੍ਹਾ ਉੱਚੀ ਬੋਲਾਂ, ਤਾਂ ਗਲਾ ਦੁਖਣ ਲੱਗ ਜੂਗਾ। ਅਤੇ ਰੀਲ ਮੇਰੇ ਤੋਂ ਬਣ ਜਾਂਦੀ ਹੈ, ਲਾਈਕ ਮੈਂ 2-3 ਦਿਨਾਂ ਤੋਂ ਰੀਲਸ ਬਣਾ ਰਿਹਾ, ਉਹ ਤੋਂ ਪਹਿਲਾਂ ਮੈਂ ਰੀਲਸ ਵੀ ਨਹੀਂ ਬਣਾ ਰਿਹਾ ਸੀਗਾ, ਕਾਫੀ ਦਿਨ ਮੈਂ ਮਤਲਬ ਇੰਸਟਾਗ੍ਰਾਮ 'ਤੇ ਰੀਲਸ ਵਗੈਰਾ ਵੀ ਨਹੀਂ ਅਪਲੋਡ ਕੀਤੇ ਸੀ, ਯੂਟਿਊਬ 'ਤੇ ਸ਼ਾਰਟਸ ਵੀ ਨਹੀਂ ਅਪਲੋਡ ਕੀਤੀਆਂ ਸੀਗੀਆਂ, ਗਲਾ ਖਰਾਬ ਹੋਣ ਕਰਕੇ। ਮੈਨੂੰ ਆਇਆ ਸੀਗਾ ਯਾਰ ਮਤਲਬ ਵੀ ਜੇ ਥੋੜ੍ਹਾ ਜ਼ਿਆਦਾ ਸਟ੍ਰੈਸ ਦਿੱਤਾ ਗਲੇ 'ਤੇ ਤਾਂ ਗਲਾ ਖਰਾਬ ਹੋਊਗਾ, ਅਤੇ ਉਹ ਚੀਜ਼ ਥੋੜ੍ਹੀ ਖਰਾਬ ਹੋ ਜਾਂਦੀ ਆ ਤਾਂ ਕਰਕੇ। ਤਾਂ ਹੁਣ ਅੱਜ ਮੈਂ ਇਹ ਬਣਾ ਰਿਹਾ ਵੀਡੀਓ, ਕੱਲ੍ਹ ਨੂੰ ਦੇਖਦੇ ਹਾਂ ਜੇ ਤਾਂ ਬਣਦੀ ਹੈ ਤਾਂ ਬਣਾਉਂਦੇ ਹਾਂ, ਨਹੀਂ ਫਿਰ 1-2 ਦਿਨਾਂ ਤੱਕ ਵੀਡੀਓਜ਼ ਆਉਣਗੀਆਂ, ਅਤੇ ਉਹ ਤੋਂ ਬਾਅਦ ਆਪਾਂ ਕੰਟੀਨਿਊ ਹੋਣਾ ਸਟਾਰਟ ਕਰਾਂਗੇ। ਅਤੇ ਬਸ ਇਹੀ ਅੱਜ ਦੀ ਵੀਡੀਓ ਸੀਗੀ, ਥੈਂਕ ਯੂ ਸਪੋਰਟ ਦੇਣ ਵਾਸਤੇ, ਇੰਨਾ ਪਿਆਰ ਕਰਨ ਵਾਸਤੇ, ਅਨਸਬਸਕ੍ਰਾਈਬ ਨਾ ਕਰਨ ਵਾਸਤੇ, ਥੈਂਕ ਯੂ ਸੋ ਮੱਚ ਜੀ। ਮਿਲਦੇ ਹਾਂ ਅਗਲੀ ਵੀਡੀਓਜ਼ 'ਚ, ਥੈਂਕ ਯੂ ਸੋ ਮੱਚ ਜੀ।